ਪੁੱਛਣਾ ਚਾਹ ਰਿਹਾ ਕਿ ਇੱਥੇ ਦੋ ਧੜੇ ਬਣੇ ਨੇ ਜਲਾਲਪੁਰ ਜੱਟਾਂ ਵਿੱਚ, ਦੋ ਸੈਕਟਰੀਟ ਆਫਿਸ ਨੇ, ਅਤੇ ਤੁਹਾਡੀ ਕੀ ਰਾਏ ਵੇ ਕਿ ਦੋਵਾਂ 'ਚੋਂ ਸਭ ਤੋਂ ਜ਼ਿਆਦਾ ਵਰਕ ਕੌਣ ਕਰ ਰਿਹਾ ਵੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਤਾਂ ਜਨਾਬ ਮੈਂ ਮਹਿਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹਤਮਾਮ ਕੀਤਾ ਹੈ। ਸਾਰੇ ਦੋਸਤ ਭਾਈ, ਸਾਰੇ ਬਜ਼ੁਰਗ, ਸਾਡੇ ਸਾਬਕਾ ਸਦਰ ਸਾਹਿਬ ਬਿਲਾਲ ਡਾਰ ਸਾਹਿਬ, ਇਹ ਸਾਰੇ ਅਸੀਂ ਭਾਈ ਦੋਸਤ ਸਾਰੇ ਇਕੱਠੇ ਹੋਏ ਹਾਂ। ਅਤੇ ਅੱਜ ਸਾਡਾ ਮੌਕਫ ਜਿਹੜਾ ਹੈ, ਸਾਡਾ ਏਜੰਡਾ ਜਿਹੜਾ ਵੇ, ਉਹ ਇਹ ਵੇ ਕਿ ਜਿਸ ਤਰ੍ਹਾਂ ਤੁਸੀਂ ਭਾਈ ਜਾਨ ਨੇ ਸਵਾਲ ਕੀਤਾ ਹੈ ਕਿ ਦੋ ਧੜੇ ਬਣੇ ਨੇ, ਸਭ ਤੋਂ ਪਹਿਲੇ ਤਾਂ ਜਲਾਲਪੁਰ ਜੱਟਾਂ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਜਿਹੜਾ ਸੈਕਟਰੀਏਟ ਆਫਿਸ ਬਣਿਆ ਹੈ, ਸਾਡੇ ਬੜੇ ਅੱਛੇ ਅਜ਼ੀਜ਼ ਜਨਾਬ ਬੈਲਜੀਅਮ ਤੋਂ ਨਦੀਮ ਭੱਟ ਸਾਹਿਬ, ਉਹ ਸਰਪ੍ਰਸਤੇ ਆਲਾ ਨੇ, ਅਤੇ ਅਸਾਂ ਸਾਰਿਆਂ ਨੇ ਇਤਫਾਕ ਕੀਤਾ ਵੇ ਅਤੇ ਇੱਕ ਸੈਕਟਰੀਏਟ ਆਫਿਸ ਬਣਿਆ, ਅਤੇ ਜਲਾਲਪੁਰ ਜੱਟਾਂ ਦੀ ਪਾਕਿਸਤਾਨ ਤਹਿਰੀਕੇ ਇਨਸਾਫ ਜਿਤਨੀ ਵੀ ਉਹ ਸਾਰੀ ਇਕੱਠੀ ਹੋਈ ਹੈ, ਇੱਕ ਪਲੇਟਫਾਰਮ 'ਤੇ ਬੈਠੀ ਹੈ। ਉਸ ਤੋਂ ਬਾਅਦ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵਾਂ ਕਿ ਸਾਰੀ ਪਾਕਿਸਤਾਨ ਤਹਿਰੀਕੇ ਇਨਸਾਫ ਇਕੱਠੀ ਹੋਈ। ਲੇਕਿਨ ਮੈਨੂੰ ਅਫਸੋਸ ਵੀ ਇਸ ਚੀਜ਼ ਦਾ ਕਿ ਜਲਾਲਪੁਰ ਜੱਟਾਂ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਜਿਹੜਾ ਤੁਸੀਂ ਅਲਫਾਜ਼ ਕਿਹਾ ਹੈ ਕਿ ਦੋ ਧੜੇ, ਇਸ ਤੋਂ ਪਹਿਲਾਂ ਕੋਈ ਧੜਾ ਨਹੀਂ ਸੀ। ਇਹ ਦੋ ਧੜੇ ਸਾਡੀ ਕਿਆਦਤ ਦੀ ਕਮਜ਼ੋਰੀ ਦੀ ਵਜ੍ਹਾ ਨਾਲ ਬਣੇ ਨੇ, ਜਿਹਦੇ ਵਿੱਚ ਚੌਧਰੀ ਜ਼ੁਬੈਰ ਅਹਿਮਦ ਟਾਂਡਾ ਸਾਹਿਬ ਨੇ ਜਨਾਬ ਦੋ ਧੜੇ ਬਣਾ ਛੱਡੇ ਨੇ, ਜਿਨ੍ਹਾਂ ਦੇ ਨੋਟੀਫਿਕੇਸ਼ਨ ਰਾਤ ਦੇ ਅੰਧੇਰੇ 'ਚ ਕੀਤੇ ਗਏ ਨੇ। ਪੁਰਾਣੀ ਬਾਡੀ ਅਤੇ ਤਮਾਮ ਮੈਂਬਰ ਕਿਸੇ ਨੂੰ ਵੀ ਆਨ ਬੋਰਡ ਨਹੀਂ ਲਿਆ ਗਿਆ। ਇਹ ਸਾਡੇ ਵਾਸਤੇ ਬੜੇ ਅਫਸੋਸ ਵਾਲੀ ਬਾਤ ਹੈ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਸਾਡੇ ਬਜ਼ੁਰਗ ਸਾਬਕਾ ਸਦਰ ਸੈਯਦ ਅਤਾਉਲਾ ਤਾਹਿਰ ਸਾਹਿਬ ਬੈਠੇ ਨੇ, ਜਿਨ੍ਹਾਂ ਪਾਕਿਸਤਾਨ ਤਹਿਰੀਕੇ ਇਨਸਾਫ ਵਾਸਤੇ ਜੇਲ੍ਹ ਕੱਟੀ ਹੈ। ਮਜ਼ਹਰ ਜਸਰਾ ਸਾਹਿਬ ਨੇ ਸਾਡੇ ਉਹਨਾਂ ਜੇਲ੍ਹ ਕੱਟੀ ਹੈ। 2014 'ਚ ਇੱਕ ਮਹੀਨਾ ਮੈਂ ਜੇਲ੍ਹ ਕੱਟੀ ਹੈ। 2014 ਦੇ ਵਿੱਚ ਮੇਰੇ ਵੱਡੇ ਭਾਈ ਮੀਰ ਬਾਬਰ ਜ਼ਹੀਨ ਨੇ ਜੇਲ੍ਹ ਕੱਟੀ ਹੈ। ਅਸੀਂ ਪਾਕਿਸਤਾਨ ਤਹਿਰੀਕੇ ਇਨਸਾਫ ਵਾਸਤੇ ਬੜੀ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ, ਲੇਕਿਨ ਸਾਨੂੰ ਇਸ ਚੀਜ਼ ਦਾ ਬੜਾ ਅਫਸੋਸ ਹੋਇਆ ਕਿ ਸਾਡੀ ਕਿਸੇ ਐਸੇ ਮੈਂਬਰ, ਸਾਡੇ ਐਸੇ ਲੀਡਰ ਜਿਨ੍ਹਾਂ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਮਜ਼ਬੂਤ ਕੀਤਾ ਹੈ, ਉਹਨਾਂ ਨੂੰ ਆਨ ਬੋਰਡ ਨਹੀਂ ਲਿਆ ਗਿਆ। ਇਹ ਸਾਡੇ ਵਾਸਤੇ ਬੜੇ ਅਫਸੋਸ ਦੀ ਬਾਤ ਹੈ ਅਤੇ ਇਹ ਜਲਾਲਪੁਰ ਜੱਟਾਂ 'ਚ ਤਾਂ ਤੋਂ ਦੋ ਧੜੇ ਬਣੇ ਨੇ, ਅਤੇ ਇਸ ਫੈਸਲੇ ਨੂੰ ਅਸੀਂ ਰੱਦ ਕਰਨੇ ਹਾਂ ਅਤੇ ਸਾਰੀ ਪਾਕਿਸਤਾਨ ਤਹਿਰੀਕੇ ਇਨਸਾਫ ਹੈ ਬੈਠੀ ਹੈ, ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਦੇ ਨਾਲ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਸੈਕਟਰੀਏਟ ਆਫਿਸ ਬਣਿਆ। ਸਾਡੇ ਸਰਬਰਾ ਜਨਾਬ ਸੈਯਦ ਅਤਾਉਲਾ ਤਾਹਿਰ ਸਾਹਿਬ ਅਤੇ ਸਰਪ੍ਰਸਤੇ ਵਾਲਾ ਜਨਾਬ ਨਦੀਮ ਭੱਟ ਸਾਹਿਬ, ਇਹਨਾਂ ਦਾ ਮੈਂ ਦਿਲ ਦੀ ਹੱਥਾਂ ਕਰਾਈਆਂ ਨਾਲ ਫਿਰ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਆਫਿਸ ਦੇ ਕੇ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਤਮਾਮ ਵਰਕਰ ਦੇ ਲੀਡਰ ਇਕੱਠੇ ਹੋਣ, ਅਤੇ ਉਹਨਾਂ ਦੀ ਤਰਫੋਂ ਇਹ ਐਲਾਨ ਵੀ ਹੈ। ਮੈਂ ਤਮਾਮ ਦੋਸਤ ਸਾਥੀਆਂ ਵਰਕਰਾਂ ਨੂੰ ਇਹ ਦੱਸ ਦਿਆਂ ਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਕੋਈ ਵੀ ਕੈਂਡੀਡੇਟ ਜਲਾਲਪੁਰ ਜੱਟਾਂ ਤੋਂ ਹੋਵੇ, ਜਿੱਥੋਂ ਵੀ ਹੋਵੇ, ਜਿਹੜਾ ਉਮੀਦਵਾਰ ਜਿਹਨੂੰ ਪਾਰਟੀ ਟਿਕਟ ਦੇ, 80% ਉਹਦੇ ਹਰਾਜਾਤ, ਉਹਦੀ ਹਰ ਮਾਮਲਾਤ ਅਸੀਂ ਫੋਰਡ ਕਰਾਂਗੇ। ਅਸੀਂ ਉਹਨਾਂ ਨੂੰ ਦਿਲ ਦੀਆਂ ਖਾਤਰਾਂ ਸ਼ੁਕਰਗੁਜ਼ਾਰ ਹਾਂ ਕਿ ਐਸਾ ਲੀਡਰ ਸਾਨੂੰ ਮਿਲਿਆ, ਐਸਾ ਸਰਪ੍ਰਸਤੇ ਵਾਲਾ ਸਾਨੂੰ ਮਿਲਿਆ ਕਿ ਜਿਹੜਾ ਪਾਰਟੀ ਵਾਸਤੇ ਸਿਰਫ ਲੱਗੇ ਹੈ, ਜਿਹੜਾ 80% ਖਰਚਾ MP MLA ਤੇ ਕਰ ਰਿਹਾ, ਕਿਆ ਉਹ ਖੁਦ MP MLA ਸੀਟ 'ਤੇ ਨਹੀਂ ਖਲੋ ਸਕਦੇ ਨੇ? ਇਹ ਉਹਨਾਂ ਦਾ ਜ਼ਰਫ ਹੈ ਅਤੇ ਇਹ ਸਾਡੇ ਵਾਸਤੇ ਬਾਈਜ਼ ਇੱਜ਼ਤ ਵਾਲੀ ਗੱਲ ਹੈ, ਸਾਡੇ ਵਾਸਤੇ ਫਖਰ ਹੈ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਐਸੇ ਵਰਕਰ ਮੌਜੂਦ ਨੇ, ਅਤੇ ਜਿਨ੍ਹਾਂ ਦੀ ਵਜ੍ਹਾ ਨਾਲ ਅਸਾਂ ਸਾਰਿਆਂ ਨੇ ਇਤਫਾਕ ਕੀਤਾ ਕਿ ਸੈਕਟਰੀਏਟ ਜਲਾਲਪੁਰ ਜੱਟਾਂ ਦੇ ਸਰਪ੍ਰਸਤੇ ਆਲਾ ਨੇ, ਅਤੇ ਇਨਸ਼ਾਅੱਲਾ ਅਸੀਂ ਇਹਨਾਂ ਦੀ ਰਹਿਨੁਮਾਈ ਅਤੇ ਸਦਰ ਸਾਹਿਬ ਦੀ ਜਨਾਬ ਕਿਆਦਤ ਦੇ ਵਿੱਚ ਅਸੀਂ ਜਲਾਲਪੁਰ ਜੱਟਾਂ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਮਜ਼ਬੂਤ ਕਰਾਂਗੇ, ਅਤੇ ਮਜ਼ੀਦ ਇਨਸ਼ਾਅੱਲਾ ਤਾਲਾ ਅਸੀਂ ਸਾਰਿਆਂ ਸਿਰ ਜੋੜ ਲਏ ਨੇ, ਅਤੇ ਅਸੀਂ ਦੱਸਾਂਗੇ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਸਿਰਫ ਇਹ ਹੀ ਹੈ ਜਿਹੜੀ ਇੱਥੇ ਬੈਠੀ ਹੈ, ਇਹ ਹੀ ਹੈ ਜਿਹੜੀ ਕੰਮ ਕਰਨ ਵਾਲੀ ਹੈ, ਇਹ ਹੀ ਜਿਹੜੀ ਦਰ ਦਰ ਤੇ ਜਾ ਕੇ ਬੂਹੇ ਬੂਹੇ ਤੇ ਜਾ ਕੇ ਖਾਨ ਦੇ ਮਨਸੂਰ ਨੂੰ ਦੱਸੇਗੀ ਕਿ ਹਾਂ ਜਿਹੜਾ ਵੇ ਉਹ ਸਾਡੇ ਵਾਸਤੇ ਤੇ ਅਸੀਂ ਹਾਂ ਵਾਸਤੇ। ਅਸੀਂ ਇਨਸ਼ਾਅੱਲਾ ਤਾਲਾ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਮਜ਼ਬੂਤ ਕਰਾਂਗੇ ਅਤੇ ਆਪਣੇ ਵਰਗ ਨਾਲ ਅਸੀਂ ਪਹਿਚਾਣੇ ਜਾਵਾਂਗੇ। ਅਸੀਂ ਸਿਰਫ ਗੱਲਾਂ ਨਹੀਂ ਕਰਾਂਗੇ, ਅਸੀਂ ਆਪਣੇ ਵਰਗ ਦੇ ਨਾਲ ਦੱਸਾਂਗੇ ਕਿ ਅਸੀਂ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ।
ਤੇ ਦੂਸਰੀ ਗੱਲ ਮੈਂ ਦੱਸਦਾ ਜਾ ਇਹ ਜਿਹੜੀ ਕੋਸ਼ਿਸ਼ ਹੋਈ ਹੈ ਇਹ ਸਾਡੀ ਜਿਹੜੀ ਪਾਰਟੀ ਨੂੰ ਦੋ ਧੜਿਆਂ 'ਚ ਤਕਸੀਮ ਕੀਤਾ ਗਿਆ ਇਹਦੀ ਅਸੀਂ ਸਾਰੇ ਮਜ਼ੰਮਤ ਕਰਨੇ ਆ ਤੇ ਅਸੀਂ ਆਪਣੀ ਪਾਕਿਸਤਾਨ ਤਰੀਕੇ ਇਨਸਾਫ਼ ਨੂੰ ਕਦੀ ਵੀ ਹਾਈਜੈਕ ਨਹੀਂ ਹੋਣ ਦਿਆਂਗੇ ਅੱਲਾ ਦੇ ਫਜ਼ਲ ਦੇ ਨਾਲ ਅਸੀਂ ਇਨਸ਼ਾਅੱਲਾ ਇਤਫਾਕ ਦੇ ਨਾਲ ਚੱਲਾਂਗੇ ਸ਼ੁਕਰੀਆ ਇਸ ਵੇਲੇ